ਲੰਚ ਡਿਪਲੋਮੇਸੀ ਕੀ ਹੈ ਕਿ ਲੰਚ ਡਿਪਲੋਮੇਸੀ ਹੈ ਉਹ ਇਹ ਹੈ ਕਿ ਸਿੱਧੂ ਦਲੀ ਦਰਬਾਰ ਨੇ ਇੱਦਾਂ ਤੁਸੀਂ Hindu ਲੀਡਰ ਬੁਲਾਓ Hindu ਲੀਡਰਾਂ ਨੂੰ ਬੁਲਾ ਕੇ ਇੱਕ ਮੈਸੇਜ ਦਿਓ ਹਾਈ ਕਮਾਂਡ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਨੇ ਐਮਐਲਏ ਨਾਲ ਵੀ ਕਰ ਲਈ ਮੰਤਰੀਆਂ ਨਾਲ ਵੀ ਮੁਲਾਕਾਤ ਕਰ ਲਈ Hindu ਲੀਡਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨੇ ਇਹ ਤਾਂ ਉਹ ਸਾਰੀ ਇੱਕ ਕਾਊਂਟਰ ਪੋਲਿਟਿਕਸ ਕਹਿ ਦਈਏ ਇੱਕ ਹਾਈ ਕਮਾਂਡ ਦੀ ਪੋਲਿਟਿਕਸ ਇੱਕ ਕੈਪਟਨ ਦੀ ਪੋਲਿਟਿਕਸ ਹਾਈ ਕਮਾਂਡ ਦੀ ਪੋਲਿਟਿਕਸ ਨੂੰ ਕਾਊਂਟਰ ਕਿਵੇਂ ਕਰਨਾ ਕੈਪਟਨ ਹਮੇਸ਼ਾ ਇਹੀ ਸੋਚਦੇ ਰਹੇ ਆ ਜਿਹੜਾ ਲੀਡਰ ਸਭ ਤੋਂ ਫਲੈਕਸੀਬਲ ਹੁੰਦਾ ਰਾਏ ਉਹ ਸਭ ਤੋਂ ਵੱਧ ਕੰਮ ਕਰਦਾ ਉਹ ਜਿਹੜੇ ਸਿੱਧੂ ਨੇ ਉਹ ਹਾਈ ਕਮਾਂਡ ਦੇ ਕੋਲ ਪਹੁੰਚੇ ਹੋ ਨੇ ਦਿੱਲੀ ਤੇ ਇੱਧਰ ਕੈਪਟਨ ਜਿਹੜੇ ਨੇ Hindu ਲੀਡਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਲੰਚ ਡਿਪਲੋਮੇਸੀ ਕੀ ਹੈ ਕੈਪਟਨ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਲੰਚ ਡਿਪਲੋਮੇਸੀ ਹੈ ਉਹ ਇਹ ਹੈ ਕਿ ਸਿੱਧੂ ਦਿੱਲੀ ਦਰਬਾਰ ਨੇ ਇੱਧਰ ਤੁਸੀਂ Hindu ਲੀਡਰ ਬੁਲਾਓ Hindu ਲੀਡਰਾਂ ਨੂੰ ਬੁਲਾ ਕੇ ਇੱਕ ਮੈਸੇਜ ਦਿਓ ਹਾਈ ਕਮਾਂਡ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਨੇ ਐਮਐਲਏ ਨਾਲ ਵੀ ਕਰ ਲਈ ਮੰਤਰੀਆਂ ਨਾਲ ਵੀ ਮੁਲਾਕਾਤ ਕਰ ਲਈ Hindu ਲੀਡਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨੇ ਇਹ ਤਾਂ ਧੜਿਆਂ ਦੀ ਰਾਜਨੀਤੀ ਚਾਹੀ ਹੁੰਦਾ ਜਦੋਂ ਕੈਪਟਨ ਵਰਸਸ ਬਾਜਵਾ ਹੋ ਰਿਹਾ ਸੀ ਜਦੋਂ ਕੈਪਟਨ ਵਰਸਸ ਪੱਠਲ ਹੋ ਰਿਹਾ ਸੀ ਕੈਪਟਨ ਵਰਸਸ ਜਦੋਂ ਵੀ ਹੋਇਆਗਾ ਜਦੋਂ ਕੈਪਟਨ ਹੈ ਉਦੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਅੰਦਰ ਬਹੁਤ ਸਾਰੇ ਬਰਾੜ ਵਰਸਸ ਪੱਠਲ ਹੋ ਰਿਹਾ ਸੀ ਬਹੁਤ ਸਾਰੀ ਪੋਲਿਟਿਕਸ ਕਾਂਗਰਸ ਜਿ세 ਤਰ੍ਹਾਂ ਹੁੰਦੀ ਹੈ ਹਰ ਪਾਰਟੀ ਚ ਹੁੰਦੀ ਹੈ ਕਾਂਗਰਸ ਚ ਹੀ ਨਹੀਂ ਹਰ ਪਾਰਟੀ ਚ ਹੁੰਦੀ ਹੈ ਇੱਕ ਲੈਵਲ ਤੇ ਹੈਲਦੀ ਵੀ ਹੁੰਦੀ ਹੈ ਪਰ ਉਦੋਂ ਆਧਾ ਅਨ ਹੈਲਦੀ ਉਦੋਂ ਹੁੰਦੀ ਹੈ ਜਦੋਂ ਸਿਰਫ ਆਪਣੇ ਨਿੱਜੀ ਮਫਾਦ ਰਹਿ ਜਾਂਦੇ ਨੇ ਕਿਸੇ ਵੀ ਪਾਰਟੀ ਚ ਮਤਭੇਦ ਹੋਣੇ ਕੋਈ ਮਾੜੀ ਗੱਲ ਨਹੀਂ ਹੈ ਚੰਗੀ ਜਾਂ ਫਿਰ ਆਪਣੇ ਨਿੱਜੀ ਮੁਫਾਦਾਂ ਲਈ ਲੱਗੇ ਹੋਏ ਨੇ ਇਸ ਕਰਕੇ ਇਹ ਧੜਿਆਂ ਦੀ ਰਾਜਨੀਤੀ ਚੱਲੇਗੀ ਲੰਚ ਡਿਪਲੋਮੇਸੀ ਡਿਨਰ ਡਿਪਲੋਮੇਸੀ ਬ੍ਰੇਕਫਾਸਟ ਡਿਪਲੋਮੇਸੀ ਚਲਦੀ ਰਹੇਗੀ ਯਾਨੀ ਜੇ ਤੁਸੀਂ ਵੈਸੇ ਬੁਲਾਓਗੇ ਅਗਲੇ ਕਹਣਗੇ ਕਿ ਕਿਉਂ ਬੁਲਾਇਆ ਲੰਚ ਤੇ ਬੁਲਾ ਲਿਆ ਹਾਂ ਜੀ ਆਪਾਂ ਵੈਸੇ ਗੱਲ ਵੀ ਨਹੀਂ ਕਰਨੀ ਸਾਰਾ ਜਾਣ ਵੀ ਲੈਣਾ ਉਹਨਾਂ ਦੇ ਦਿਲ ਦਾ ਹਾਲ ਉਸ ਤੋਂ ਬਾਅਦ ਉਹਨਾਂ ਨੂੰ ਦੱਸਣਾ ਉਸ ਤੋਂ ਬਾਅਦ ਜਿਹੜਾ ਲੱਗਦਾ ਕਿ ਮੇਰੇ ਨੇੜੇ ਆ ਜਾਂ ਮੈਨੂੰ ਕਹਿ ਰਿਹਾ ਤਾਂ ਉਹ ਸਾਰੀ ਇੱਕ ਕਾਊਂਟਰ ਪੋਲਿਟਿਕਸ ਕਹਿ ਦਈਏ ਇੱਕ ਹਾਈ ਕਮਾਂਡ ਦੀ ਪੋਲਿਟਿਕਸ ਇੱਕ ਕੈਪਟਨ ਦੀ ਪੋਲਿਟਿਕਸ ਹਾਈ ਕਮਾਂਡ ਕੈਪਟਨ ਹਮੇਸ਼ਾ ਹੀ ਸੋਚਦੇ ਰਹੇ ਹੈਗੇ ਹਾਈ ਕਮਾਂਡ ਦੀ ਪੋਲਿਟਿਕਸ ਨੂੰ ਕਾਊਂਟਰ ਕਰਨ ਦੇ ਨਾਲ ਕੀ ਰਾਹ ਨਿਕਲ ਸਕਦੇ ਨੇ ਤਾਂ ਪੋਲਿਟਿਕਸ ਵਰਸਸ ਕਾਊਂਟਰ ਪੋਲਿਟਿਕਸ ਹਮੇਸ਼ਾ ਚੱਲਦੀ ਹੈ ਤਾਂ ਪੋਲਿਟਿਕਸ ਵਰਸਸ ਕਾਊਂਟਰ ਪੋਲਿਟਿਕਸ ਹੁਣ ਵੀ ਚੱਲ ਰਿਹਾ ਤੇ ਇਹਦਾ ਨਤੀਜਾ ਕੀ ਹੋਏਗਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਉਹੀ ਨਾ ਮੀਟਿੰਗ ਹਰ ਮੀਟਿੰਗ ਤੋਂ ਬਾਅਦ ਲੱਗਦਾ ਕਿ ਹਾਈ ਕਮਾਂਡ ਦੀ ਮੀਟਿੰਗ ਦਿਨ ਤੋਂ ਬਾਅਦ ਕਿ ਅੱਜ ਹੱਲ ਹੋ ਜਾਊਗਾ ਕਾਂਗਰਸ ਦਾ ਕਲੇਸ਼ ਖਤਮ ਹੋ ਜਾਊਗਾ ਪਰ ਹਲੇ ਖਤਮ ਨਹੀਂ ਹੋ ਰਿਹਾ ਲੱਗਦਾ ਕਿ ਬਦਲਾ ਹੋ ਚੁੱਕਿਆ ਤੇ ਜਲਦੀ ਉਹਦਾ ਐਲਾਨ ਵੀ ਕਰ ਦੇਣਾ ਦੇਖੋ ਕਾਂ ਉਹ ਤਾਂ ਉਹਦੀ ਪਤਾ ਲੱਗੇਗਾ ਉਹ ਹਾਈ ਕਮਾਂਡ ਨੂੰ ਪਤਾ ਕੀ ਹੋਏਗਾ ਕਾਂਗਰਸ ਚ ਬਦਲਾਅ ਹੋਏਗਾ ਉਹ ਕਿਹੜਾ ਹੋਏਗਾ ਪਹਿਲੇ ਪ੍ਰਧਾਨ ਬਦਲਣਗੇ ਡਿਪਟੀ ਸੀਐਮ ਬਣਾਉਣਗੇ ਸੀਐਮ ਕਿਹਨਾਂ ਕਰਨਗੇ ਉਹ ਸਾਰੀਆਂ ਗੱਲਾਂ ਨੇ ਪਰ ਹੋਣਗੀਆਂ ਕਿਵੇਂ ਇਹ ਉਹਨਾਂ ਨੇ ਤੈਅ ਕਰਨੀਆਂ ਨੇ ਇਸੇ ਨੂੰ ਲੈ ਕੇ ਸਾਰੀ ਕਸ਼ਮਕਸ਼ ਇਸੇ ਨੂੰ ਲੈ ਕੇ ਸਾਰੀ ਲੜਾਈ ਚੱਲ ਰਹੀ ਹੈ ਕਿਉਂਕਿ ਜਦ ਮੈਂ ਕਹਿੰਦਾ ਹੁਣ ਰਾਜਨੀਤੀ 'ਚ ਕੁਝ ਫਿਕਸ ਨਹੀਂ ਹੁੰਦਾ ਤੁਸੀਂ ਰਾਜਨੀਤੀ 'ਚ ਕੁਝ ਫਿਕਸ ਕਰ ਲਿਆ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਤੁਹਾਨੂੰ ਫਿਕਸ ਚੀਜ਼ ਤੋੜਨੀ ਪੈਂਦੀ ਐ ਇਸੇ ਕਰਕੇ ਜਿਹੜਾ ਲੀਡਰ ਸਭ ਤੋਂ ਵੱਧ ਫਲੈਕਸੀਬਲ ਹੁੰਦਾ ਰਾਜਨੀਤੀ 'ਚ ਉਹ ਸਭ ਤੋਂ ਵੱਧ ਕਾਮਯਾਬ ਹੁੰਦਾ ਜਿਸ ਫਲੈਕਸੀਬਿਲਟੀ ਹੁੰਦੀ ਆ ਜਿਹੜਾ ਬਹੁਤ ਅੜਨ ਵਾਲਾ ਲੀਡਰ ਹੁੰਦਾ ਜਿਹੜਾ ਨਾ ਉੱਡੇ ਸੋ ਝੜੇ ਕਹਿੰਦੇ ਆ ਆਪਾਂ ਉਹ ਦੂਜੇ ਪਾਸੇ ਆ ਪਰ ਇਧਰਲੇ ਪਾਸੇ ਉਲਟਾ ਉਹ ਰਾਜਨੀਤੀ ਦੇ ਅੰਦਰ ਫਲੈਕਸੀਬਲ ਰਹਿਣਾ ਬਹੁਤ ਜ਼ਰੂਰੀ ਹੁੰਦਾ ਜਿਵੇਂ ਕੈਪਟਨ ਦੀ ਗੱਲ ਕਰਦੇ ਕਿ ਜ਼ਿੱਦੀ ਨੇ ਉਹ ਹਾਂ ਪਰ ਫਲੈਕਸੀਬਲ ਆ ਕੋਈ ਵੀ ਆ ਮਤਲਬ ਫਲੈਕਸੀਬਲ ਹੋਣਾ ਜ਼ਰੂਰੀ ਹੁੰਦਾ ਕੈਪਟਨ ਪਰ ਦੇਖੋ ਤੁਸੀਂ ਇਸ ਰਾਜਨੀਤੀ ਚ ਚੱਲਦਾ ਘੇਰਾ ਵੱਡਾ ਕਰਨ ਦੀ ਕੋਸ਼ਿਸ਼ ਸਾਰੇ ਕ੍ਰਾਈਸਿਸ ਦੇ ਬਾਵਜੂਦ ਕੈਪਟਨ ਚੀ ਜਿਹੜਾ ਕਈ ਵਾਰ ਫਲੈਕਸੀਬਲ ਨਹੀਂ ਹੁੰਦਾ ਉਹ ਫਿਰ ਬਹੁਤ ਛੋਟੀ ਗਲਤੀ ਵੀ ਕਈ ਵਾਰ ਮਾਤ ਖਾ ਜਾਂਦਾ ਜਿਵੇਂ ਧੜਿਆਂ ਦੀ ਰਾਜਨੀਤੀ ਹੈ ਕਿ ਕਾਂਗਰਸ ਦਾ ਧੜਾਕੀ ਦਾ ਵੱਡਾ ਹੋਊਗਾ ਨੰਬਰ ਗੇਮ ਹੈ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਜਿਹੜੀ ਡਿਪਲੋਮੇਸੀ ਕਰ ਰਹੇ ਨੇ ਸਿੱਧੂ ਦੂਜੇ ਪਾਸੇ ਦਿੱਲੀ ਦਰਬਾਰ ਚ ਬੈਠੇ ਨੇ ਜਾ ਕੇ ਤੈ ਬਹੁਤ ਸਾਰੀਆਂ ਚੀਜ਼ਾਂ ਉੱਥੇ ਹੋਣੀਆਂ ਨੇ ਪਰ ਆਪਣੇ ਆਪਣੇ ਤਰੀਕੇ ਨਾਲ ਮੈਨੂੰ ਲੱਗਦਾ ਫੈਸਲੇ ਚ ਬਹੁਤੀ ਦੇਰ ਨਹੀਂ ਆ ਸੋਰਸ ਇਹੀ ਦੱਸ ਦਿਆ ਜ਼ਿਆਦਾ ਦੇਰ ਨਹੀਂ ਆ ਫੈਸਲੇ ਚ ਕੀ ਫੈਸਲਾ ਹੁੰਦਾ ਹੈ ਉਹ ਦੱਸਣਗੇ ਪਰ ਫੈਸਲਾ ਕੋਈ ਬਹੁਤ ਜ਼ਿਆਦਾ ਦੇਰ ਨਾਲ ਨਹੀਂ ਹੋਏਗਾ ਕਿਉਂਕਿ ਸਾਰੇ ਇਹ ਕਹਿ ਕੇ ਆਏ ਨੇ ਕਿ ਕਾਂਗਰਸ ਦਾ ਨੁਕਸਾਨ ਹੋਈ ਜਾਂਦਾ ਜਿਹੜੇ ਲੀਡਰ ਨਾਲ ਸਾਡੀ ਗੱਲ ਹੋਈ ਹੈ ਨੇ rahul ਨੂੰ ਮਿਲੇ ਨੇ ਉਹਨਾਂ ਨੇ ਬਹੁਤਿਆਂ ਨੇ rahul ਨੂੰ ਕਿਹਾ ਔਰ ਜਿਹੜੇ ਮੰਤਰੀ ਮਿਲ ਕੇ ਆਏ ਨੇ ਉਹਨਾਂ ਨੇ ਵੀ ਸਾਰਿਆਂ ਨੇ ਇਹੀ ਕਿਹਾ ਜੀ ਜਲਦੀ ਨਿਬੇੜ ਦਿਓ ਇਹਨੂੰ ਕਾਂਗਰਸ ਅਲਟੀਮੇਟ ਨੁਕਸਾਨ ਕਾਂਗਰਸ ਦਾ ਹੋ ਰਿਹਾ ਹੈ